ਇਹ ਜੀ ਸ਼ਾਹਬਾਦ ਦੇ ਕੋਲ ਹੋਇਆ ਗਿਆ ਅਤੇ ਉਹ ਆਪਣੀ ਸਾਈਡ 'ਤੇ ਖੜ੍ਹੇ ਸੀ। ਉਹ ਗੱਡੀ ਆ ਕੇ ਮੁੰਡੇ ਨੇ ਗੱਡੀ ਮਾਰਤੀ ਦੂਜੇ ਸਾਈਡ ਆ ਅਤੇ ਜਸਵੀਰ ਸਿੰਘ ਜੀ ਉਹ ਖੇਤੀਬਾੜੀ ਦਾ ਕੰਮ। ਸੜਕ ਤੇ ਖੜੇ ਮੋਟਰਸਾਈਕਲ 'ਚ ਗੱਡੀ ਚਾਲਕ ਨੇ ਮਾਰੀ ਜ਼ਬਰਦਸਤ ਟੱਕਰ। ਸਿੰਘ ਜੀ ਆਏ ਨੇ, ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਸ਼ਾਹਬਾਦ ਅੱਡੇ 'ਤੇ ਅਤੇ ਇਹਨਾਂ ਦੇ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਈ ਸੀਗੀ। ਮੋਟਰਸਾਈਕਲ ਚਾਲਕ ਦੀ ਮੌਕੇ ਤੇ ਹੋਈ ਮੌਤ। ਕਾਰ ਚਾਲਕੀ ਦਾ ਰਾਜਕਮਲ ਸਿੰਘ, ਉਹਦੀ ਕਾਰ ਵੱਜੀ ਹੈ ਮੋਟਰਸਾਈਕਲ 'ਚ, ਮੋਟਰਸਾਈਕਲ ਚਾਲਕ ਜਸਵੀਰ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਆ ਜੀ ਐਕਸੀਡੈਂਟ ਹੋਣ ਕਾਰਨ। ਪੁਲਿਸ ਨੇ ਗੱਡੀ ਕਬਜ਼ੇ 'ਚ ਲੈ ਅਗਲੀ ਜਾਂਚ ਕੀਤੀ ਸ਼ੁਰੂ। ਬਟਾਲਾ ਦੇ ਨਜ਼ਦੀਕ ਪਿੰਡ ਸ਼ਾਹਬਾਦ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਉੱਥੇ ਹੀ ਸੜਕ ਕਿਨਾਰੇ ਮੋਟਰਸਾਈਕਲ ਚਾਲਕ ਵੱਲੋਂ ਆਪਣਾ ਮੋਟਰਸਾਈਕਲ ਖੜਾ ਕੀਤਾ ਸੀ ਅਤੇ ਖੁਦ ਉਸ ਤੇ ਸਵਾਰ ਸੀ, ਜਦਕਿ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ, ਜਿਸ ਦੇ ਚਲਦਿਆਂ ਮੋਟਰਸਾਈਕਲ ਸਵਾਰ ਕਿਸਾਨ ਜਸਵੀਰ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਦਕਿ ਉਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਸਥਾਨਕ ਲੋਕਾਂ ਵੱਲੋਂ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉੱਥੇ ਹੀ ਮ੍ਰਿਤਕ ਦੇ ਭਰਾ ਸਤਨਾਮ ਸਿੰਘ ਨੇ ਦੱਸਿਆ ਕਿ ਜਸਵੀਰ, ਜਿਸ ਦੀ ਕਿ ਉਮਰ 55 ਸਾਲ ਸੀ ਅਤੇ ਉਹ ਖੇਤੀ ਦਾ ਕੰਮ ਕਰਦਾ ਸੀ ਅਤੇ ਦੁੱਧ ਦਾ ਕਾਰੋਬਾਰ ਵੀ ਕਰਦਾ ਸੀ ਅਤੇ ਰੋਜ਼ਾਨਾ ਸ਼ਾਹਬਾਦ ਡੈਰੀ ਤੋਂ ਦੁੱਧ ਦੇਣ ਆਉਂਦਾ ਸੀ। ਅੱਜ ਵੀ ਜਦ ਉਹ ਆਇਆ ਉੱਥੇ ਇਹ ਹਾਦਸਾ ਵਾਪਰ ਗਿਆ। ਉੱਥੇ ਹੀ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਉਧਰ ਪੁਲਿਸ ਵੱਲੋਂ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਗਿਆ ਅਤੇ ਮ੍ਰਿਤਕ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਵਿਖੇ ਕਰਵਾਇਆ ਜਾ ਰਿਹਾ ਅਤੇ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜੀ ਸ਼ਾਹਬਾਦ ਦੇ ਕੋਲ ਹੋਇਆ ਗਿਆ ਸੀ ਅਤੇ ਉਹ ਆਪਣੀ ਸਾਈਡ 'ਤੇ ਖੜ੍ਹੇ ਸੀ। ਉਹ ਗੱਡੀ ਆ ਕੇ ਮੁੰਡੇ ਨੇ ਸਿੱਧੀ ਮਾਰਤੀ ਦੂਜੇ ਸਾਈਡ ਆ। ਕੀ ਨਾਮ ਮੁੰਡੇ ਜਿਹੜੀ ਮੌਤ ਹੋਈ? ਤੁਸੀਂ ਜਸਵੀਰ ਸਿੰਘ ਜੀ। ਕੀ ਕੰਮ ਕਰਦਾ ਜੀ? ਉਹ ਖੇਤੀਬਾੜੀ ਦਾ ਕੰਮ। ਕਿਹੜੇ ਪਿੰਡ ਦੇ? ਲੱਖੋਰਾ ਦੇ ਜੀ। ਉਹ ਡੇਅਰੀ 'ਤੇ ਆਏ ਸੀ ਜੀ। ਅੱਛਾ ਜੀ। ਸਾਹਮਣੇ ਡੇਅਰੀ ਆ, ਉੱਥੇ ਐਕਸੀਡੈਂਟ ਹੋਇਆ। ਤੁਹਾਡੇ ਕੀ ਲੱਗਦੇ? ਮੇਰਾ ਬ੍ਰਦਰ ਸੀ ਜੀ। ਪਰਿਵਾਰ 'ਚ ਕੌਣ ਕੌਣ ਉਹਨਾਂ ਦੇ ਹੈਗਾ? ਹਾਂਜੀ, ਉਹਨਾਂ ਦੇ ਪਰਿਵਾਰ 'ਚ ਕੌਣ ਕੌਣ ਜਿੰਨਾਂ ਦੀ ਡੈਥ ਹੋਈ ਹੈ? ਉਹਨਾਂ ਦਾ ਬੇਟਾ ਹੈ, ਬੇਟੀ ਹੈ, ਵਾਈਫ ਹੈ ਉਹਨਾਂ ਦੀ, ਬਾਕੀ ਭਰਾ ਨੇ ਉਹਨਾਂ ਦੇ। ਡਾਕਟਰ ਸਮਿਤੀ, ਮੈਡਮ ਜਿਹੜਾ ਐਕਸੀਡੈਂਟ ਕੇਸ ਆਇਆ ਇਹਦੇ ਬਾਰੇ ਦੱਸ ਦਿਓ। ਹਾਂਜੀ, ਸਾਡੇ ਕੋਲ ਸਵੇਰੇ ਜਿਹੜੇ ਜਸਵੀਰ ਸਿੰਘ ਜੀ ਆਏ ਨੇ, ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਸ਼ਾਹਬਾਦ ਅੱਡੇ 'ਤੇ ਅਤੇ ਇਹਨਾਂ ਦੇ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਈ ਸੀਗੀ। ਜਦੋਂ ਆਈ ਸੀ ਉਦੋਂ ਕੰਡੀਸ਼ਨ ਕਾਫੀ ਸੀਰੀਅਸ ਸੀਗੀ, ਗੈਸਟਿੰਗ ਦੇ ਸੀਗੇ ਅਤੇ ਆਪਾਂ ਟ੍ਰੀਟਮੈਂਟ ਸ਼ੁਰੂ ਕਰਦਾ ਸੀ, ਬਟ ਇਲਾਜ ਦੇ ਦੌਰਾਨ ਜਿਹੜੇ ਪੇਸ਼ੈਂਟ ਐਕਸਪਾਇਰ ਕਰ ਗਏ ਸੀ। ਇਹਦੀ 54 ਈਅਰ। ਠੀਕ ਆ, ਐਕਸੀਡੈਂਟ ਹੋਇਆ ਜੀ ਅੱਡਾ ਸ਼ਾਹਬਾਦ ਜੀਡੀ ਰੋਡ 'ਤੇ ਹੋਇਆ ਜੀ। ਇਹਦੇ ਵਿੱਚ ਕਾਰ ਚਾਲਕੀ ਦਾ ਰਾਜਕਮਲ ਸਿੰਘ, ਉਹਦੀ ਕਾਰ ਵੱਜੀ ਹੈ ਮੋਟਰਸਾਈਕਲ 'ਚ, ਮੋਟਰਸਾਈਕਲ ਚਾਲਕ ਜਸਵੀਰ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਆ ਜੀ ਐਕਸੀਡੈਂਟ ਹੋਣ ਕਾਰਨ, ਜਿਹਦਾ ਸਿਵਲ ਹਸਪਤਾਲ ਦੀ ਡੈੱਡ ਬਾਡੀ ਜਮ੍ਹਾਂ ਕਰਵਾ ਕੇ ਅਤੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ ਜੀ। ਅਤੇ ਮ੍ਰਿਤਕ ਆ ਇਹਦੀ ਹੈਗਾ ਲੱਖੋਰਾ ਪਿੰਡ ਦਾ ਜੀ, ਉਹ 55 ਕੁ ਸਾਲ ਦੇ ਕਰੀਬ ਇਹਦੀ ਉਮਰ ਆ ਜੀ। ਇਹ ਮੋਟਰਸਾਈਕਲ 'ਤੇ ਆਪਣੇ ਪਿੰਡ ਤੋਂ ਸ਼ਾਹਬਾਦ ਡੇਅਰੀ 'ਚ ਦੁੱਧ ਦੇਣ ਆ ਰਿਹਾ ਸੀ ਜੀ। ਇਹ ਜੀ ਸ਼ਾਹਬਾਦ ਦੇ ਕੋਲ ਹੋਇਆ ਗਿਆ ਅਤੇ ਉਹ ਆਪਣੀ ਸਾਈਡ 'ਤੇ ਖੜ੍ਹੇ ਸੀ। ਉਹ ਗੱਡੀ ਆ ਕੇ ਮੁੰਡੇ ਨੇ ਸਿੱਧੀ ਮਾਰਤੀ ਦੂਜੇ ਸਾਈਡ ਆ। ਤੁਸੀਂ ਜਸਵੀਰ ਸਿੰਘ ਜੀ, ਉਹ ਖੇਤੀਬਾੜੀ ਦਾ ਕੰਮ। ਸੜਕ 'ਤੇ ਖੜ੍ਹੇ ਮੋਟਰਸਾਈਕਲ 'ਚ ਗੱਡੀ ਚਾਲਕ ਨੇ ਮਾਰੀ ਜ਼ਬਰਦਸਤ ਟੱਕਰ। ਸਿੰਘ ਜੀ ਆਏ ਨੇ, ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਸ਼ਾਹਬਾਦ ਅੱਡੇ 'ਤੇ ਅਤੇ ਇਹਨਾਂ ਦੇ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਈ ਸੀਗੀ।
ਮੋਟਰਸਾਈਕਲ ਚਾਲਕ ਦੀ ਮੌਕੇ ਤੇ ਹੋਈ ਮੌਤ। ਕਾਰ ਗਾਲਕੀ ਦਾ ਰਾਜਕਮਲ ਸਿੰਘ, ਉਹਦੀ ਕਾਰ ਵੱਜੀ ਆ ਮੋਟਰਸਾਈਕਲ 'ਚ, ਮੋਟਰਸਾਈਕਲ ਚਾਲਕ ਜਸਵੀਰ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਆ ਜੀ ਐਕਸੀਡੈਂਟ ਹੋਣ ਕਾਰਨ। ਪੁਲਿਸ ਨੇ ਗੱਡੀ ਕਬਜ਼ੇ 'ਚ ਲੈ ਅਗਲੀ ਜਾਂਚ ਕੀਤੀ ਸ਼ੁਰੂ। ਬਟਾਲਾ ਦੇ ਨਜ਼ਦੀਕ ਪਿੰਡ ਸ਼ਾਹਬਾਦ ਵਿਖੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਉੱਥੇ ਹੀ ਸੜਕ ਕਿਨਾਰੇ ਮੋਟਰਸਾਈਕਲ ਚਾਲਕ ਵੱਲੋਂ ਆਪਣਾ ਮੋਟਰਸਾਈਕਲ ਖੜਾ ਕੀਤਾ ਸੀ ਅਤੇ ਖੁਦ ਉਸ ਤੇ ਸਵਾਰ ਸੀ, ਜਦਕਿ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਗੱਡੀ ਨੇ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ, ਜਿਸ ਦੇ ਚੱਲਦਿਆਂ ਮੋਟਰਸਾਈਕਲ ਸਵਾਰ ਕਿਸਾਨ ਜਸਵੀਰ ਸਿੰਘ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਦਕਿ ਉਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਸਥਾਨਕ ਲੋਕਾਂ ਵੱਲੋਂ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉੱਥੇ ਹੀ ਮ੍ਰਿਤਕ ਦੇ ਭਰਾ ਸਤਨਾਮ ਸਿੰਘ ਨੇ ਦੱਸਿਆ ਕਿ ਜਸਵੀਰ, ਜਿਸਦੀ ਕਿ ਉਮਰ 55 ਸਾਲ ਸੀ ਅਤੇ ਉਹ ਖੇਤੀ ਦਾ ਕੰਮ ਕਰਦਾ ਸੀ ਅਤੇ ਦੁੱਧ ਦਾ ਕਾਰੋਬਾਰ ਵੀ ਕਰਦਾ ਸੀ ਅਤੇ ਰੋਜ਼ਾਨਾ ਸ਼ਾਹਬਾਦ ਡੈਰੀ ਤੋਂ ਦੁੱਧ ਦੇਣ ਆਉਂਦਾ ਸੀ। ਅੱਜ ਵੀ ਜਦ ਉਹ ਆਇਆ ਉੱਥੇ ਇਹ ਹਾਦਸਾ ਵਾਪਰ ਗਿਆ। ਉੱਥੇ ਹੀ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ। ਉਧਰ ਪੁਲਿਸ ਵੱਲੋਂ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਗਿਆ ਅਤੇ ਮ੍ਰਿਤਕ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ ਵਿਖੇ ਕਰਵਾਇਆ ਜਾ ਰਿਹਾ ਅਤੇ ਪੁਲਿਸ ਜਾਂਚ ਅਧਿਕਾਰੀ ਦਾ ਕਹਿਣਾ ਕਿ ਉਹਨਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਜੀ ਸ਼ਾਹਬਾਦ ਦੇ ਕੋਲ ਹੋਇਆ ਗਿਆ ਸੀ ਅਤੇ ਉਹ ਆਪਣੀ ਸਾਈਡ 'ਤੇ ਖੜ੍ਹੇ ਸੀ, ਉਹ ਗੱਡੀ ਆ ਕੇ ਮੁੰਡੇ ਨੇ ਸਿੱਧੀ ਮਾਰਤੀ ਦੂਜੇ ਸਾਈਡ ਆ। ਕੀ ਨਾਮ ਮੁੰਡੇ ਜੀ ਮੌਤ ਹੋਈ? ਤੁਸੀਂ ਜਸਵੀਰ ਸਿੰਘ ਜੀ। ਕੀ ਕੰਮ ਕਰਦਾ ਜੀ? ਉਹ ਖੇਤੀਬਾੜੀ ਦਾ ਕੰਮ। ਕਿਹੜੇ ਪਿੰਡ ਦੇ? ਲੱਖੋਰਾ ਦੇ ਜੀ। ਉਹ ਡੇਅਰੀ ਦੇ ਆਏ ਸੀ ਜੀ। ਅੱਛਾ ਜੀ। ਸਾਹਮਣੇ ਡੇਅਰੀ ਆ, ਉੱਥੇ ਐਕਸੀਡੈਂਟ ਹੋਇਆ। ਤੁਹਾਡੇ ਕੋਲ ਆਏ? ਮੇਰਾ ਬ੍ਰਦਰ ਸੀ ਜੀ। ਪਰਿਵਾਰ 'ਚ ਕੌਣ ਕੌਣ ਉਹਨਾਂ ਦੇ ਹੈਗਾ? ਹਾਂਜੀ, ਉਹਨਾਂ ਦੇ ਪਰਿਵਾਰ 'ਚ ਕੌਣ ਕੌਣ ਜਿੰਨਾਂ ਦੀ ਡੈਥ ਹੋਈ ਹੈ? ਉਹਨਾਂ ਦਾ ਬੇਟਾ ਹੈ, ਬੇਟੀ ਹੈ, ਵਾਈਫ ਹੈ ਉਹਨਾਂ ਦੀ, ਬਾਕੀ ਭਰਾ ਨੇ ਉਹਨਾਂ ਦੇ। ਡਾਕਟਰ ਸਮਿਤੀ, ਮੈਡਮ ਜਿਹੜਾ ਐਕਸੀਡੈਂਟ ਕੇਸ ਆਇਆ ਇਹਦੇ ਬਾਰੇ ਦੱਸ ਦਿਓ। ਹਾਂਜੀ, ਸਾਡੇ ਕੋਲ ਸਵੇਰੇ ਜਿਹੜੇ ਜਸਵੀਰ ਸਿੰਘ ਜੀ ਆਏ ਨੇ, ਇਹਨਾਂ ਦਾ ਐਕਸੀਡੈਂਟ ਹੋਇਆ ਸੀਗਾ ਸ਼ਾਹਬਾਦ ਅੱਡੇ 'ਤੇ ਅਤੇ ਇਹਨਾਂ ਦੇ ਕਾਫੀ ਜ਼ਿਆਦਾ ਸੀਰੀਅਸ ਕੰਡੀਸ਼ਨ ਸਾਡੇ ਕੋਲ ਆਏ ਸੀਗੇ। ਜਦੋਂ ਆਏ ਸੀ ਉਦੋਂ ਕੰਡੀਸ਼ਨ ਕਾਫੀ ਸੀਰੀਅਸ ਸੀਗੀ, ਗੈਸਟਿੰਗ ਦੇ ਸੀਗੇ ਅਤੇ ਆਪਾਂ ਟ੍ਰੀਟਮੈਂਟ ਸ਼ੁਰੂ ਕਰਦਾ ਸੀ, ਬਟ ਇਲਾਜ ਦੇ ਦੌਰਾਨ ਜਿਹੜੇ ਪੇਸ਼ੈਂਟ ਐਕਸਪਾਇਰ ਕਰ ਗਏ। 54 ਈਅਰ। ਠੀਕ ਆ। ਐਕਸੀਡੈਂਟ ਹੋਇਆ ਜੀ ਅੱਡਾ ਸ਼ਾਹਬਾਦ ਜੀਡੀ ਰੋਡ 'ਤੇ ਹੋਇਆ ਜੀ। ਇਹਦੇ ਵਿੱਚ ਕਾਰ ਚਾਲਕੀ ਦਾ ਰਾਜਕਮਲ ਸਿੰਘ, ਉਹਦੀ ਕਾਰ ਵੱਜੀ ਆ ਮੋਟਰਸਾਈਕਲ 'ਚ, ਮੋਟਰਸਾਈਕਲ ਚਾਲਕ ਜਸਵੀਰ ਸਿੰਘ ਦੀ ਜਿਹੜੀ ਆ ਮੌਤ ਹੋ ਗਈ ਆ ਜੀ ਐਕਸੀਡੈਂਟ ਹੋਣ ਕਾਰਨ, ਜਿਹਦਾ ਸਿਵਲ ਹਸਪਤਾਲ ਥਰਡ ਪਾਰਟੀ ਜਮ੍ਹਾਂ ਕਰਵਾ ਕੇ ਅਤੇ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋ ਰਹੀ ਆ ਜੀ। ਅਤੇ ਮ੍ਰਿਤਕ ਆ ਇਹਦੀ ਹੈਗਾ ਲੱਖੋਰਾ ਪਿੰਡ ਦਾ ਜੀ, ਉਹ 55 ਸਾਲ ਦੇ ਕਰੀਬ ਇਹਦੀ ਉਮਰ ਆ ਜੀ। ਇਹ ਮੋਟਰਸਾਈਕਲ 'ਤੇ ਆਪਣੇ ਪਿੰਡ ਤੋਂ ਸ਼ਾਹਬਾਦ ਡੇਅਰੀ 'ਚ ਦੁੱਧ ਦੇਣ ਆ ਰਿਹਾ ਸੀ ਜੀ।